ਸਤਿ ਸ਼੍ਰੀ ਅਕਾਲ ਸਾਰੇ ਯੂਟਿਊਬ ਦੀ ਵੀਡੀਓ ਦੇਖਣ ਵਾਲਿਆਂ ਨੂੰ। ਅੱਜ ਬਾਈ ਤੁਹਾਡੇ ਲਈ ਲੈ ਕੇ ਆਏ ਹਾਂ ਸੋਨਾਲੀਕਾ 60 RX ਹਾਈ ਲੋ ਗੇਅਰਾਂ ਦਾ ਟਰੈਕਟਰ, ਜੋ ਕਿ ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ, ਇਹਦੇ ਮਾਲਕ ਦਾ ਨਾਮ ਹੈ ਸਰਦਾਰ ਬੂਟਾ ਸਿੰਘ ਸਨ ਆਫ ਭੰਗਾ ਸਿੰਘ। ਅਤੇ ਇਹਨਾਂ ਨੇ ਬਾਈਆਂ ਨੇ ਇਸ ਟਰੈਕਟਰ ਤੋਂ ਬਹੁਤ ਕੰਮ ਲੈਤੇ ਹੋਏ ਆ। ਇਹ ਮਾਡਲ ਹੈ ਬਾਈ 2018 ਅਤੇ ਮਹੀਨਾ 10ਵਾਂ। ਅਤੇ ਹੁਣ ਆਪਾਂ ਇਹ ਟਰੈਕਟਰ ਦੀਆਂ ਖਾਸੀਅਤਾਂ ਦੀ ਗੱਲ ਕਰਦੇ ਹਾਂ। ਜਿਵੇਂ ਕਿ ਇਹ ਟਰੈਕਟਰ 60 HP ਦੇ ਵਿੱਚ ਹੈ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਹਾਈ ਲੋ ਦਾ ਟਰੈਕਟਰ ਹੈ ਇਹ। ਅਤੇ ਹੁਣ ਗੱਲ ਕਰੀਏ ਇਹਦੀਆਂ ਗੇਅਰ ਸਪੀਡਾਂ ਦੀ। ਹਾਂਜੀ, ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਰਿਵਰਸ ਗੇਅਰ ਇੱਥੇ ਆ ਜਾਂਦਾ, ਅਤੇ ਪਹਿਲਾਂ ਆ ਜਾਂਦਾ ਪਿੱਛੇ ਨੂੰ ਇੱਥੇ, ਅਤੇ ਦੂਜਾ ਅੱਗੇ ਨੂੰ ਆ ਜਾਂਦਾ, ਤੀਜਾ ਇਹਦੇ ਪਿੱਛੇ, ਅਤੇ ਚੌਥਾ ਇੱਥੇ। ਅਤੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਲੋ ਅੱਗੇ ਨੂੰ ਆ ਜਾਂਦਾ ਅਤੇ ਹਾਈ ਪਿੱਛੇ ਨੂੰ। ਇਹ ਟਰੈਕਟਰ ਦਾ PTO ਲੀਵਰ ਇੱਥੇ ਆ ਜਾਂਦਾ। ਇਹਦੇ 'ਚ ਵੀ 2-3 ਤਰ੍ਹਾਂ ਦੀਆਂ PTO ਹੈ। ਇੱਕ ਤਾਂ ਇੱਥੇ ਤਾਂ ਨਿਊਟਰਲ ਆ ਗਿਆ, ਅਤੇ ਬਿਲਕੁਲ ਅੱਗੇ ਨੂੰ ਇਹ 540 ਪੂਰੇ ਕਰਦਾ, ਅਤੇ ਆ ਵਿਚਾਲੇ ਤੋਂ ਪਿੱਛੇ ਕਰਕੇ ਇਹ ਆਪਣੀ ਗੇਅਰਾਂ ਦੀ PTO ਚਲਾਉਂਦਾ। ਆਹ ਦੇਖ ਸਕਦੇ ਹੋ ਬਾਈ, ਆ ਇਹਦਾ RPM ਮੀਟਰ ਆ ਜਾਂਦਾ, 2500 ਰੇਟਡ RPM ਦਾ ਟਰੈਕਟਰ ਹੈ, ਅਤੇ ਇਲੈਕਟ੍ਰੋਨਿਕ ਮੀਟਰ ਦੇ ਨਾਲ ਹੈ। ਆਹ ਵੇਖ ਸਕਦੇ ਹੋ ਤੁਸੀਂ, ਨੀਚੇ ਇੱਥੇ ਸ਼ੋਅ ਕਰਦਾ ਇਹ ਘੰਟੇ ਚੱਲੇ ਹੋਏ। ਇਹਦੇ ਇੱਧਰਲੀ ਸਾਈਡ ਦੀ ਘੜੀ ਹੈ ਜੋ ਕਿ ਇਹ ਬੈਟਰੀ ਦੀ ਆ ਜਾਂਦੀ ਹੈ, ਅਤੇ ਆਹ ਗਰਮ ਠੰਡੇ ਦੀ, ਕੂਲ ਹੋਟ ਦੀ ਆ ਜਾਂਦੀ। ਅਤੇ ਇਹਦੇ ਨਾਲ ਹੀ ਆਹ ਵੇਖ ਰਹੇ ਹੋ ਤੁਸੀਂ, ਫਿਊਲ ਟੈਂਕ ਦੀ ਘੜੀ ਆ ਜਾਂਦੀ ਹੈ। ਅਤੇ ਬਾਈ ਦੇ ਦੱਸਣ ਮੁਤਾਬਕ ਇਹਦੀ ਟੈਂਕੀ 55 ਲੀਟਰ ਦੀ ਹੈ। ਅਤੇ ਆਹ ਵੇਖ ਰਹੇ ਹੋ ਤੁਸੀਂ, ਇਹ ਆਇਲ ਪ੍ਰੈਸ਼ਰ ਦੀ ਗੇਜ ਆ ਜਾਂਦੀ ਹੈ, ਜਿਵੇਂ ਕਿ ਆਹ ਵਾਲੀਆਂ ਵੇਖ ਰਹੇ ਹੋ ਤੁਸੀਂ, 1, 2, 3, 4, 5 ਇਹ ਆਈਕਨ ਜੇ ਦੇਖ ਰਹੇ ਹੋ, ਇਹਨਾਂ ਦੇ ਵਿੱਚ ਇੰਜਣ ਦੇ ਮੁਤਾਬਕ ਫਿਲਟਰ ਚੋਕ ਹੋਣ ਦਾ ਵੀ ਇਹਦੇ 'ਚ ਆ ਜਾਂਦਾ ਇੰਡੀਕੇਸ਼ਨ। ਅਤੇ ਆਹ ਲਾਈਟਾਂ ਹੋ ਗਈਆਂ, ਜਿਵੇਂ ਹੋਰ ਕਈ ਤਰ੍ਹਾਂ ਦੀਆਂ ਇਹ ਪੰਜੇ ਇਹਦੇ ਵਿੱਚ ਆਉਂਦੀਆਂ। ਆਹ ਵੇਖ ਸਕਦੇ ਹੋ ਤੁਸੀਂ, ਇਹ ਲਾਈਟਾਂ ਦੀ ਆ ਜਾਂਦੀ ਹੈ, ਇਹਦੇ ਉੱਪਰ ਹੋਰਨ ਆ ਜਾਂਦਾ, ਇੱਥੇ ਲਾਈਟਾਂ, ਇੱਥੇ ਲੋਅ ਬੀਮ ਅਤੇ ਇੱਥੇ ਹਾਈ ਬੀਮ। ਅਤੇ ਆਹ ਵਾਲਾ ਛੋਟਾ ਬਟਨ ਦੇਖ ਰਹੇ ਹੋ ਜਿਹੜਾ ਤੁਸੀਂ, ਇਹ ਲੈਫਟ ਰਾਈਟ ਇੰਡੀਕੇਸ਼ਨ ਦਾ ਆ ਜਾਂਦਾ। ਆਹ ਵੇਖ ਸਕਦੇ ਹੋ ਹੱਥ ਵਾਲੀ ਰੇਸ ਹੈ, ਅਤੇ ਪੈਰ ਵਾਲੀ ਰੇਸ ਇਹਦੇ ਨਾਲ ਆ ਜਾਂਦੀ ਹੈ। ਆਹ ਵੇਖ ਸਕਦੇ ਹੋ ਇੰਜਨ ਰੋਕਣ ਦੀ ਸਟੋਪਰ ਆ ਜਾਂਦਾ। ਅਤੇ ਇਹਦੀ ਸੇਫਟੀ ਦੇ ਵਜੋਂ ਜਿਵੇਂ ਕਿ ਇਹ ਹਾਈ ਲੋ ਨਿਊਟਰਲ ਪਹਿਲਾਂ ਕਰਨਾ ਪੈਂਦਾ, ਉਸ ਤੋਂ ਬਾਅਦ ਇਹ ਸੈਲਫ ਜਾਗਦਾ ਟਰੈਕਟਰ। ਇੱਕ ਤੁਹਾਨੂੰ ਆਪਾਂ ਇਹਦੀ ਹੋਰ ਚੀਜ਼ ਦਿਖਾ ਰਹੇ ਹਾਂ, ਆਹ ਵੇਖੋ ਹੈਂਡ ਬ੍ਰੇਕਾਂ ਦਾ ਲੀਵਰ ਇੱਥੇ ਆ ਜਾਂਦਾ। ਆਹ ਤੁਹਾਨੂੰ ਹੁਣ ਇੰਜਨ ਵਿਖਾਉਣ ਲੱਗੇ ਹਾਂ, ਆਹ ਟੈਂਕੀ ਆ ਜਾਂਦੀ ਜੀ, ਅਤੇ ਇਹਦੇ ਥੱਲੇ ਆਹ ਟੂਟੀ ਆ ਜਾਂਦੀ ਆ, ਇਹਦੇ ਨਾਲ ਆ ਵਾਟਰ ਸੈਪਰੇਟਰ ਦੇ ਵਿੱਚ ਤੇਲ ਆਉਂਦਾ, ਅਤੇ ਜੇ ਕਿਤੇ ਪਾਣੀ ਦੀ ਮਿਲਾਵਟ ਹੁੰਦੀ ਆ ਤਾਂ ਉਹ ਇਹਦੇ 'ਚ ਅਲੱਗ ਨਿਕਲ ਜਾਂਦਾ। ਅਤੇ ਇਹਦੇ ਨਾਲ ਹੀ ਇਹਦਾ ਪੰਪ ਆ ਜਾਂਦਾ, ਪੰਪ ਆ ਜੀ ਇਹਦਾ 4 ਸਿਲੰਡਰ ਤੁਸੀਂ ਵੇਖ ਸਕਦੇ ਹੋ, 1, 2, 3 ਅਤੇ 4 4 ਸਿਲੰਡਰ ਪੰਪ। ਅਤੇ ਆਹ ਵੇਖ ਸਕਦੇ ਹੋ ਤੁਸੀਂ ਡੀਜ਼ਲ ਫਿਲਟਰ। ਅਤੇ ਹੁਣ ਤੁਹਾਨੂੰ ਇਹਦੇ ਫਰੰਟ ਹਿੱਸਾ ਦਿਖਾ ਰਹੇ ਹਾਂ, ਇਹਦੇ ਥੱਲੇ ਲੱਗਿਆ ਹੋਇਆ ਆਰਮੀ ਟੋਲ, ਤੁਸੀਂ ਦੇਖ ਸਕਦੇ ਹੋ ਡਬਲ ਆਰਮਡ ਦਾ ਆਰਮੀ ਟੋਲ ਲੱਗਿਆ ਹੋਇਆ, ਇਹਦੇ ਨਾਲ ਇਹ ਪਾਵਰ ਸਟੀਅਰਿੰਗ ਬਣ ਜਾਂਦਾ ਟਰੈਕਟਰ। ਇੱਕ ਤੁਹਾਨੂੰ ਆਪਾਂ ਇੱਕ ਹੋਰ ਖਾਸ ਚੀਜ਼ ਦਿਖਾ ਰਹੇ ਹਾਂ, ਇਹ ਵੇਖ ਸਕਦੇ ਹੋ ਤੁਸੀਂ, ਆਹ ਢੱਕਣ ਹੈ, ਟੈਂਕੀ ਹੈ ਇਹ ਤੇਲ ਵਾਲੀ, ਇੱਕ ਇਹਨੂੰ ਇੱਥੇ ਢੱਕਣ ਲੱਗ ਜਾਂਦਾ ਅਤੇ ਇੱਕ ਇੱਥੇ। ਇਹ ਬਾਈ ਹੋਰ ਇਹ ਤੋਂ ਕੰਮ ਬਹੁਤ ਜ਼ਿਆਦਾ ਲੈਂਦੇ ਆ, ਜਿਵੇਂ ਕਿ ਤੂੜੀ ਵਾਲੀ ਰਿੱਪਰ ਦਾ ਕੰਮ ਲੈਂਦੇ ਆ, ਰੋਟਾਵੇਟਰ, ਆਮ ਕਿਰਾਇਆ ਗੁਰੂ ਵੀ ਬਹੁਤ ਜ਼ਿਆਦਾ ਵਾਹੁੰਦੇ ਆ ਬਾਈ ਹੋਰ। ਅਤੇ ਬਾਈਆਂ ਦੇ ਦੱਸਣ ਦੇ ਮੁਤਾਬਕ 50-55 ਲੀਟਰ ਤੇਲ ਇਸ ਟੈਂਕੀ ਦੇ ਵਿੱਚ ਵੀ ਆ ਜਾਂਦਾ। ਆਏ ਸੀਜ਼ਨ ਬਾਈ ਹੋਰ ਤੂੜੀ ਦੀਆਂ 450 ਤੋਂ ਟਰਾਲੀ ਟਪਾ ਹੀ ਦਿੰਦੇ ਆ। ਹੁਣ ਗੱਲ ਕਰੀਏ ਆਪਾਂ ਇਹਦੇ ਟਾਇਰ ਸਾਈਜ਼ ਦੀ, MRF ਦੇ ਟਾਇਰ ਲੱਗੇ ਹੋਏ ਨੇ, 7, 60, 16 ਦੇ ਟਾਇਰ ਲੱਗੇ ਹੋਏ ਨੇ ਫਰੰਟ ਵਾਲੇ। ਅਤੇ ਹੁਣ ਗੱਲ ਕਰਦੇ ਹਾਂ ਪਿਛਲੇ ਟਾਇਰਾਂ ਦੀ, 16, 9, 28 ਦੇ ਇਹਨੂੰ ਪਿਛਲੇ ਟਾਇਰ ਲੱਗੇ ਹੋਏ ਨੇ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਇਹਦੇ ਟਰੈਕਟਰ ਦੇ ਬੈਕ ਸਾਈਡ ਦੀ। ਆਹ ਦੇਖ ਸਕਦੇ ਹੋ ਤੁਸੀਂ, ਜਿਵੇਂ ਕਿ ਹਾਈਡ੍ਰੋਲਿਕ ਦੇ ਕੋਈ ਵੀ ਇੰਪਲੀਮੈਂਟ ਹੁੰਦੇ ਆ, ਜਿਵੇਂ ਤਵੀਆਂ ਵਗੈਰਾ, 1 ਅਤੇ 2 ਇਹਨੂੰ ਆਕਸਲਰੀ ਬਾਲ ਲੱਗੇ ਹੋਏ ਨੇ, ਅਤੇ ਆਹ ਇਹਨਾਂ ਦਾ ਲੀਵਰ ਆ ਜਾਂਦਾ ਹੈ। ਦੇਖ ਸਕਦੇ ਹੋ ਤੁਸੀਂ ਡੰਡੇ ਦੀਆਂ ਵੀ ਪੈਣ ਦੀਆਂ 3 ਜਗ੍ਹਾ ਦਿੱਤੀਆਂ ਹੋਈਆਂ, 1, 2, 3। ਇਹ ਸਖ਼ਤ ਅਤੇ ਪੋਲੀ ਮਿੱਟੀ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਂਦਾ। ਅਤੇ ਇੱਧਰ ਵੇਖ ਸਕਦੇ ਹੋ ਤੁਸੀਂ, ਇਹ PTO ਸ਼ਾਫਟ ਆ ਜਾਂਦੀ ਆ,
ਇਹ 6 ਜਰੀ ਦੀ ਵੀਡੀਓ ਲੱਗੀ ਹੋਈ ਹੈ ਇਹਨੂੰ ਇਸ ਟਾਈਮ ਹੁੱਕ ਉਤਾਰੀ ਹੋਈ ਆ ਬਾਈ ਹੋਰ ਕਣਕ ਦੇ ਸਪਰੇਅ ਕਰਕੇ ਹਟੇ ਸੀ ਅਤੇ ਦੇਖ ਸਕਦੇ ਹੋ ਤੁਸੀਂ ਇਹਦੀਆਂ ਲਿੰਕਾਂ ਕਿੰਨੀਆਂ ਜ਼ਿਆਦਾ ਮਜ਼ਬੂਤ ਨੇ ਅਤੇ ਆਹ ਇਹਦੇ ਸਟੇ ਬਾਰ ਲੱਗੇ ਹੋਏ ਨੇ ਕੰਪਨੀ ਫਿੱਟਡ ਨੇ ਇੱਧਰਲੀ ਸਾਈਡ ਦੀ ਦੇਖ ਸਕਦੇ ਹੋ ਐਡਜਸਟ ਵੈਸੇ ਤਾਂ ਇੱਥੋਂ ਵੀ ਹੋ ਜਾਂਦੀ ਆ ਅਤੇ ਪਰ ਆਹ ਕਿੱਲੀ ਕੱਢ ਕੇ ਇਹ ਵੀ ਇਹ ਡੰਡਾ ਵੀ ਐਡਜਸਟ ਕਰ ਸਕਦੇ ਆਪਾਂ ਦੇਖ ਸਕਦੇ ਹੋ ਕੰਪਨੀ ਦੇ ਫਿੱਟਡ ਇੰਡੀਕੇਟਰ ਅਤੇ ਆਹ ਬੈਕਲਾਈਟ ਨਾਲ ਇਹ ਟਰੈਕਟਰ ਆਉਂਦਾ ਟਰੈਕਟਰ ਦਾ ਨੰਬਰ ਦੇਖ ਸਕਦੇ ਹੋ ਤੁਸੀਂ ਬਠਿੰਡੇ ਦਾ ਹੁਣ ਗੱਲ ਆਪਾਂ ਇੱਧਰਲੀ ਸਾਈਡ ਦੀ ਕਰਦੇ ਹਾਂ ਬ੍ਰੇਕ ਸਾਈਡ ਦੀ ਆਹ ਬੈਟਰੀ ਬੋਕਸ ਟਰੈਕਟਰ ਦੇ ਬਾਹਰ ਲੱਗਿਆ ਹੋਇਆ ਅਤੇ ਆਹ ਸਲੈਂਸਰ ਵੇਖ ਸਕਦੇ ਹੋ ਤੁਸੀਂ ਅਤੇ ਆਹ ਆ ਜਾਂਦੇ ਆ ਇਹਦੇ ਇੱਕ ਤਾਂ ਆ ਜਾਂਦਾ ਇਹਦਾ ਲਿਫਟ ਦਾ ਪੰਪ ਅਤੇ ਇੱਕ ਆ ਜਾਂਦਾ ਆਪਣਾ ਸਟੀਅਰਿੰਗ ਦਾ ਅਤੇ ਆਹ ਨੀਚੇ ਫਿਲਟਰ ਲੱਗੇ ਹੋਏ ਆ ਮੁਗਲ ਆਇਲ ਫਿਲਟਰ ਇੱਕ ਇੰਜਣ ਦਾ ਹੋਣਾ ਅਤੇ ਇੱਕ ਆਪਣਾ ਇਹਦਾ ਹੋਣਾ ਅਤੇ ਇੱਕ ਆਪਣਾ ਇਹਦਾ ਲਿਫਟ ਦਾ ਆ ਜਾਂਦਾ ਅਤੇ ਵਿੱਚ ਹੀ ਮੇਰਾ ਖਿਆਲ ਇਹ ਮਿਕਸ ਹੈ ਇਹਦਾ ਪਾਵਰ ਸਟੀਅਰਿੰਗ ਦਾ ਅਤੇ ਆਹ ਪਲੇਟ ਵੇਖ ਸਕਦੇ ਹੋ ਤੁਸੀਂ ਸੋਨਾਲੀਕਾ ਕੰਪਨੀ ਤਰਫੋਂ ਆਈ ਸਿਲਵਰ ਰੰਗ ਦੇ ਵਿੱਚ ਇਹ ਸੈਲਫ ਦੀ ਪਲੇਟ ਹੈ ਆਹ ਵੇਖ ਸਕਦੇ ਹੋ ਤੁਸੀਂ ਆਹ ਸੈਲਫ ਇਹਦੇ ਵਿੱਚ ਲੁਕੀ ਹੋਈ ਆ ਹੁਣ ਤੁਸੀਂ ਟਰੈਕਟਰ ਦਾ ਗਰਾਊਂਡ ਕਲੀਅਰੈਂਸ ਵੇਖ ਸਕਦੇ ਹੋ ਕਾਫੀ ਜ਼ਿਆਦਾ ਗਰਾਊਂਡ ਕਲੀਅਰੈਂਸ ਆ ਮੰਨ ਕੇ ਚੱਲੋ ਵੀ 2 ਤੋਂ 2.5 ਤੋਂ 3 ਫੁੱਟ ਦੇ ਕਰੀਬ ਇਹਦਾ ਗਰਾਊਂਡ ਕਲੀਅਰੈਂਸ ਹੈ ਅਤੇ ਆਹ ਵੇਖ ਸਕਦੇ ਹੋ ਤੁਸੀਂ ਜਿਵੇਂ ਬ੍ਰੇਕਾਂ ਦੀਆਂ ਬੱਤੀਆਂ ਜਗਦੀਆਂ ਹੁੰਦੀਆਂ ਉਹ ਆਹ ਸਪਰਿੰਗ ਦੇ ਨਾਲ ਵਰਕਿੰਗ ਹੁੰਦੀ ਆ ਇੱਕ ਤੁਹਾਨੂੰ ਆਹ ਵਿਖਾਉਂਦੇ ਆ ਓਇਲ ਮਰਸਡ ਬ੍ਰੇਕ ਦਾ ਲੋਗੋ ਇਹਦੇ ਨਾਲ ਇਹ ਓਇਲ ਦੇ ਡਿਸਕ ਬ੍ਰੇਕਸ ਆ ਜਾਂਦੇ ਆ ਅਤੇ ਸੀਟ ਵੇਖ ਸਕਦੇ ਹੋ ਤੁਸੀਂ ਸੀਟ ਐਡਜਸਟੇਬਲ ਆ ਕਈ ਥਾਂ 'ਤੇ ਸੈੱਟ ਹੁੰਦੀ ਹੈ ਇਹ ਵਾਲੀ ਸੀਟ ਇੱਕ ਆ ਵੇਖ ਸਕਦੇ ਹੋ ਬੰਪਰ ਕਾਫੀ ਜ਼ਿਆਦਾ ਹੈਵੀ ਲੱਗਿਆ ਹੋਇਆ ਅਤੇ ਇਹਦੇ ਨਾਲ ਹੀ ਟਰੈਕਟਰ ਦਾ ਚੁੱਲ੍ਹਾ ਵੀ ਵੇਖ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਵੇਟ ਤਾਂ ਚੁੱਲ੍ਹੇ ਦੇ ਵਿੱਚ ਹੈ ਅਤੇ ਇਦੋਂ ਅੱਗੇ ਵੇਟ ਇਹਦਾ ਵੀ ਆ ਜਾਂਦਾ ਇੱਧਰੋਂ ਵਿਖਾਉਂਦੇ ਹਾਂ ਤੁਹਾਨੂੰ ਬਾਈਆਂ ਨੇ ਸ਼ੇਅਰ ਲਿਖਾਇਆ ਹੋਇਆ ਸਿਰ 'ਤੇ ਹੈ ਉਹ ਰੱਬ ਦੀ ਸ਼ੌਂਕ ਸਾਰੇ ਐਂਡ ਰੱਖੇ ਨੇ ਹੁਣ ਤੁਹਾਨੂੰ ਆਪਾਂ ਇਹਦੀ ਟਰੈਕਟਰ ਦੀ ਆਵਾਜ਼ ਸੁਣਾਉਣ ਲੱਗੇ ਹਾਂ ਸੁਣ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਆਵਾਜ਼ ਆ ਟਰੈਕਟਰ ਦੀ ਅਤੇ ਧੂੰਆਂ ਦਾ ਬਿਲਕੁਲ ਹੀ ਨਹੀਂ ਦਿਖਾ ਰਿਹਾ ਬਾਕੀ ਹੁਣ ਤੁਹਾਨੂੰ ਆਪਾਂ ਇਹਦੀਆਂ ਰੇਸਾਂ ਮਾਰ ਕੇ ਦਿਖਾਉਣੇ ਹਾਂ ਆਹ ਮੀਟਰ ਦੇਖ ਸਕਦੇ ਹੋ ਤੁਸੀਂ 750 ਦੀ ਰੇਸ 'ਤੇ ਇਹਦੀ ਰੇਸ ਟਿੱਕੀ ਹੋਈ ਆ ਬਿਲਕੁਲ 750 ਤੋਂ 800 ਦੇ ਵਿੱਚ ਹੁਣ ਟਰੈਕਟਰ ਆਪਾਂ ਤੁਹਾਨੂੰ ਚਲਾ ਕੇ ਵਿਖਾਉਣੇ ਹਾਂ ਇਹਦੀ ਪਹਿਲੇ ਲੋਹ ਦੀ ਚਾਲ ਵੇਖ ਸਕਦੇ ਹੋ ਤੁਸੀਂ ਹੁਣ ਗੇਅਰ ਚੇਂਜ ਕਰਕੇ ਆਪਾਂ ਦੂਜਾ ਕਰਨ ਲੱਗੇ ਹਾਂ ਵੇਖ ਸਕਦੇ ਹੋ ਤੁਸੀਂ ਦੂਜੇ ਲੋਹ ਦੀ ਚਾਲ ਅਤੇ ਨਾਲ ਹੀ ਹੁਣ ਤੀਜਾ ਲੋਹ ਅਪਲਾਈ ਕੀਤਾ ਹੋਇਆ ਅਤੇ ਇਹ ਆਪਣਾ ਚੌਥਾ ਲੋਹ ਯਾਨੀ ਕਿ ਹਾਈ ਗੇਅਰ ਆ ਜਾਂਦਾ ਅਤੇ ਇੱਕ ਵੇਖ ਸਕਦੇ ਹੋ ਤੁਸੀਂ ਆ ਪਾਰਕਿੰਗ ਲਾਈਟਸ ਦੀ ਸਵਿੱਚ ਲੱਗੀ ਹੋਈ ਆ ਆਹ ਦੇਖ ਸਕਦੇ ਹੋ ਚਾਰੋਂ ਡਿੱਪਰ ਬਲਿੰਕ ਕਰ ਰਹੇ ਆ ਅਤੇ ਇਹਦੇ ਨਾਲ ਹੀ ਆਪਾਂ ਹੁਣ ਵੀਡੀਓ ਦਾ ਕਰਦੇ ਹਾਂ ਐਂਡ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਬਾਈ।